ਵਰੀਆਮ ਸਿੰਘ ਸੰਧੂ ਦੀ ਪੁਸਤਕ ਸ਼ਹੀਦ ਮੀਵਾ ਸਿੰਘ ਲੁੱਪੋਕੇ ਦਾ ਅਗਲਾ ਹਿੱਸਾ ਹੈ ਹੌਪਕਿੰਸਨ ਦਾ ਰੋਲ ਤੇ ਕਾਮਾਗਟਾ ਮਾਰੂ ਜਹਾਜ਼ ਦੀ ਵਾਪਸੀ ਇਮੀਗ੍ਰੇਸ਼ਨ ਵਿਭਾਗ ਦਾ ਇੰਚਾਰਜ ਅਫਸਰ ਤਾਂ ਭਾਵੇਂ ਮੈਲਕਮ ਰੀਡ ਹੀ ਸੀ ਪਰ ਹਕੀਕਤ 'ਚ ਉਹ ਪੂਰੀ ਤਰ੍ਹਾਂ ਹੌਪਕਿੰਸਨ ਤੇ ਨਿਰਭਰ ਸੀ ਹੌਪਕਿੰਸਨ ਦੀ ਪਿੱਠ ਤੇ ਰਾਜਧਾਨੀ ਔਰਟਾਵ ਦੀ ਪ੍ਰਤੀਨਿਧਤਾ ਕਰਨ ਵਾਲਾ ਪੁਲਿਸ ਦਾ ਸ਼ਕਤੀਸ਼ਾਲੀ ਦਫ਼ਤਰ ਸੀ ਉਦੀ ਓਟਵਾ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਤੱਕ ਸਿੱਧੀ ਪਹੁੰਚ ਸੀ ਇਸ ਤੱਥ ਨੂੰ ਸਾਬਤ ਕਰਨ ਵਾਲੇ ਕਈ ਦਸਤਾਵੇਜ਼ੀ ਸਬੂਤ ਪ੍ਰਾਪਤ ਹਨ ਜਿਨ੍ਹਾਂ ਤੋਂ ਉਹਦੇ ਉੱਚ ਰਾਜਨੀਤਿਕ ਹਲਕਿਆਂ ਤੱਕ ਪਹੁੰਚ ਦਾ ਪਤਾ ਚੱਲਦਾ ਹੈ 10 ਮਾਰਚ 1911 ਨੂੰ ਉਹਨੇ ਹੀ ਹਿੰਦੂਸਤਾਨੀ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਬਾਰੇ ਗ੍ਰਹਿ ਵਿਭਾਗ ਨੂੰ ਚਿੱਠੀ ਲਿਖ ਕੇ ਸੂਚਿਤ ਕੀਤਾ ਸੀ ਉਹ ਹਿੰਦ ਵਾਸੀਆਂ ਦੀਆਂ ਸਰਗਰਮੀਆਂ ਤੇ ਸੂਚਨਾਵਾਂ ਬਾਰੇ ਕੈਨੇਡਾ ਦੇ ਗ੍ਰਹਿ ਵਿਭਾਗ ਨੂੰ ਅਕਸਰ ਪੱਤਰ ਲਿਖਦਾ ਰਹਿੰਦਾ ਸੀ ਉਹਦੀਆਂ ਸੂਚਨਾਵਾਂ ਦਾ ਭਰੋਸਾ ਕਰਕੇ ਸਰਕਾਰ ਤੁਰਤ ਕਦਮ ਚੁੱਕਦੀ ਤੇ ਲੋੜੀਂਦੀਆਂ ਪੇਸ਼ਬੰਦੀਆਂ ਕਰਦੀ ਸੀ ਕਾਮਾਗਾਟਾ ਮਾਰੂ ਜਹਾਜ਼ ਦੀ ਆਮਦ ਤੇ ਹੱਪਕਿੰਸਨ ਹੀ ਮੈਲਕਮ ਰੀਡ ਦਾ ਸਭ ਤੋਂ ਵੱਡਾ ਸਹਾਇਕ ਤੇ ਸਲਾਹਕਾਰ ਸੀ ਇਹ ਉਹਦੀ ਚਾਲ ਸੀ ਕਿ ਜਹਾਜ਼ ਦੇ ਮੁਸਾਫਰਾਂ 'ਚ ਫੁੱਟ ਪਵਾ ਕੇ ਇੱਕ ਤੜਾ ਗੁਰਦੇਵ ਸਿੰਘ ਦੇ ਵਿਰੋਧ 'ਚ ਖੜਾ ਕਰ ਦਿੱਤਾ ਜਾਏ ਇਸ ਮਕਸਦ ਲਈ ਉਹਨਾਂ ਨੇ ਜਹਾਜ਼ ਨਾਲ ਆਏ ਡਾਕਟਰ ਰਗੁਨਾਥ ਸਿੰਘ ਨੂੰ ਵਰਤਿਆ ਹਾਂਗਕਾਂਗ ਤੋਂ ਯਾਤਰਾ ਸ਼ੁਰੂ ਕਰਨ ਸਮੇਂ ਗੁਰਦਿੱਤ ਸਿੰਘ ਦੇ ਸਕੱਤਰ ਤੇ ਹੋਰ ਸਾਥੀਆਂ ਨੇ ਸ਼ੰਕਾ ਪ੍ਰਗਟਾਇਆ ਸੀ ਕਿ ਰਗੁਨਾਥ ਸਿੰਘ ਬ੍ਰਿਟਿਸ਼ ਸਰਕਾਰ ਦਾ ਜਸੂਸ ਲੱਗਦਾ ਹੈ ਪਰ ਗੁਰਦਿੱਤ ਸਿੰਘ ਨੇ ਮਹਿਜ਼ ਸ਼ੱਕ ਦੀ ਬਿਨਾ ਤੇ ਉਹਨਾਂ ਦੀ ਗੱਲ ਮੰਨਣੋਂ ਇਨਕਾਰ ਕਰ ਦਿੱਤਾ ਸੀ ਹੱਪਕਿੰਸਨ ਨੇ ਕੈਨੇਡਾ ਆਪੜਦੇ ਆਈ ਰਗੁਨਾਥ ਸਿੰਘ ਨਾਲ ਤਾਲਮੇਲ ਬਣਾ ਲਿਆ ਸੀ ਜਦੋਂ ਇਮੀਗ੍ਰੇਸ਼ਨ ਵਿਭਾਗ ਨੇ ਡਾਕਟਰ ਮਨਰੋ ਨੂੰ ਜਹਾਜ਼ ਦੇ ਮੁਸਾਫਰਾਂ ਤੇ ਜਹਾਜ਼ ਦੀ ਹਾਲਤ ਵੇਖਣ ਲਈ ਜਹਾਜ਼ ਤੇ ਭੇਜਿਆ ਗਿਆ ਤਾਂ ਡਾਕਟਰ ਰਗੁਨਾਥ ਸਿੰਘ ਨੂੰ ਉਸੇ ਵੇਲੇ ਟੱਟ ਤੋਂ ਉਤਾਰ ਕੇ ਦਵਾਈਆਂ ਤੇ ਖਾਣ ਪੀਣ ਦੀਆਂ ਚੀਜ਼ਾਂ ਖਰੀਦਣ ਦੀ ਆਗਿਆ ਮਿਲ ਗਈ। ਹੱਪਕੈਂਸਨ ਨੇ ਬੇਲਾ ਸਿੰਘ ਰਾਈ ਰਗੁਨਾਥ ਸਿੰਘ ਨਾਲ ਵਾਅਦਾ ਕੀਤਾ ਸੀ ਕਿ ਜੇ ਉਹ ਜਹਾਜ਼ ਦੇ ਅੰਦਰ ਹੋਣ ਵਾਲੀਆਂ ਗਤੀਵਿਧੀਆਂ ਦੀ ਰਿਪੋਰਟ ਕਰੇਗਾ ਤੇ ਉਹਨਾਂ ਦਾ ਸਾਥ ਦੇਵੇਗਾ ਤਾਂ ਉਹਨੂੰ ਪਤਨੀ ਤੇ ਬਾਲ ਬੱਚੇ ਸਮੇਤ ਕੈਨੇਡਾ 'ਚ ਦਾਖਲ ਹੋਣ ਦੀ ਆਗਿਆ ਦਿਵਾ ਦਿੱਤੀ ਜਾਏਗੀ। ਰਗੁਨਾਥ ਸਿੰਘ ਨੇ ਕਿਹਾ ਕਿ ਉਹਨੂੰ ਗੁਰਦਿੱਤ ਸਿੰਘ ਤੇ ਉਹਦੇ ਸਾਥੀ ਮੁਸਾਫਰਾਂ ਤੋਂ ਜਾਨ ਦਾ ਖਤਰਾ ਹੈ। ਹੌਪਕੈਂਸਨ ਨੇ ਉਹਨੂੰ ਬੇਫਿਕਰ ਰਹਿਣ ਲਈ ਕਿਹਾ। ਜਦੋਂ ਅਗਲੀ ਵਾਰ ਬੇਲਾ ਸਿੰਘ ਤੇ ਹੌਪਕੈਂਸਨ ਦੇ ਕਹਨ ਤੇ ਰਗੁਨਾਥ ਸਿੰਘ ਟੱਟ ਤੇ ਆਇਆ ਤਾਂ ਮੈਲਕਮ ਰੀਡ ਨੇ ਉਹਦੀ ਮੁਲਾਕਾਤ ਪੂਰਬੀ ਭਾਰਤੀਆਂ ਦੇ ਵਿਰੋਧ ਵਿੱਚ ਚੱਲ ਰਹੀ ਲਹਿਰ ਦੇ ਸਭ ਤੋਂ ਵੱਡੇ ਆਗੂ ਸਟੀਵਨਸਨ ਨਾਲ ਕਰਵਾਈ। ਇਹ ਮੁਲਾਕਾਤ ਰੀਡ, ਹੌਪਕੈਂਸਨ ਤੇ ਬੇਲਾ ਸਿੰਘ ਦੀ ਹਾਜ਼ਰੀ 'ਚ ਹੋਈ। ਉਸ ਤੋਂ ਬਾਅਦ ਜਦ ਵੀ ਉਹ ਤੱਟ ਤੇ ਆਉਂਦਾ ਤਾਂ ਜਹਾਜ਼ 'ਚ ਹੋਣ ਵਾਲੀਆਂ ਸਰਗਰਮੀਆਂ ਬਾਰੇ ਸਟੀਵਨਸਨ ਰੀਡ ਤੇ ਹੌਪਕੈਂਸਨ ਨੂੰ ਸੂਚਿਤ ਕਰਦਾ ਉਹਦੀ ਸੂchnਾ ਮੁਤਾਬਕੀ ਵਿਭਾਗ ਵੱਲੋਂ ਮੁਸਾਫਰਾਂ 'ਵਰੁੱਧ ਟੁਕਮੀਆਂ ਕਾਰਵਾਈਆਂ ਹੁੰਦੀਆਂ ਗੁਰਦਿੱਤ ਸਿੰਘ ਤੇ ਇਮੀਗ੍ਰੇਸ਼ਨ ਵਿਭਾਗ 'ਚ ਤਣਾ ਤਣੀ ਚੱਲਦੀ ਰਹੀ ਆਖਰ ਇਨਸਪੈਕਟਰ ਹੌਪਕੈਂਸਨ ਗੁਰਦਿੱਤ ਸਿੰਘ ਨਾਲ ਗੁਪਤ ਗੱਲਬਾਤ ਕਰਨ ਲਈ ਜਹਾਜ਼ ਉੱਤੇ ਆਇਆ ਪਹਿਲਾਂ ਤਾਂ ਹੌਪਕੈਂਸਨ ਨੇ ਕੁਝ ਵੀ ਮੁਸਾਫਰਾਂ ਨੂੰ ਫੋਨ ਸਲਾਉਣ ਦੀ ਕੋਸ਼ਿਸ਼ ਕੀਤੀ ਫਿਰ ਉਹਨਾਂ ਰਈ ਗੁਰਦਿਤ ਸਿੰਘ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਪਰੰਤੂ ਸਿੱਧਾ ਹੀ ਗੁਰਦਿਤ ਸਿੰਘ ਨੂੰ ਆ ਮਿਲਿਆ ਉਹਨੇ ਕਿਹਾ ਕਿ ਮੈਂ ਭਾਰਤੀ ਲੋਕਾਂ ਤੇ ਉਹਨਾਂ ਦੇ ਰਸਮੋ ਰਿਵਾਜ ਨੂੰ ਚੰਗੀ ਤਰ੍ਹਾਂ ਜਾਣਦਾ ਸਮਝਦਾ ਇਸ ਲਈ ਭਾਰਤੀ ਹਕੂਮਤ ਨੇ ਮੇਰੀ ਡਿਊਟੀ ਲਈ ਹੈ ਕਿ ਮੈਂ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੂੰ ਤੁਹਾਡੇ ਲੋਕਾਂ ਦੇ ਉਤਾਰੇ ਬਾਰੇ ਲੋੜੀਂਦੀ ਸਲਾਹ ਦਿਆਂ ਹੁਣ ਆਪਾਂ ਦੋਵਾਂ ਨੂੰ ਦੋ ਸਾਊ ਬੰਦਿਆਂ ਵਾਂਗ ਆਪਸ ਵਿੱਚ ਖੁੱਲੇ ਦਿਲ ਨਾਲ مشورہ ਕਰਕੇ ਕੋਈ ਰਾਹ ਕੱਢਣਾ ਚਾਹੀਦਾ ਹੈ ਜਿਸ ਨਾਲ ਇਮੀਗ੍ਰੇਸ਼ਨ ਵਿਭਾਗ ਨੂੰ ਮਨਵਾਇਆ ਜਾ ਸਕੇ ਨਹੀਂ ਤਾਂ ਗੱਲ ਕਿਸੇ ਸਿਰੇ ਲੱਗਣੀ ਸੰਭਵ ਨਹੀਂ ਆਖਰਕਾਰ ਲੰਮੀ ਵਿਚਾਰ ਚਰਚਾ ਤੋਂ ਬਾਅਦ ਹੌਪਕਿੰਸਨ ਨੇ ਕਿਹਾ ਕਿ ਜੇ ਉਹਨੂੰ 2000 ਪਾਉਂਡ ਰਿਸ਼ਵਤ ਦਿੱਤੀ ਜਾਏ ਤਾਂ ਮੁਸਾਫਰਾਂ ਵਿੱਚ ਕੁੜਕੀ ਚੁੱਕਣ ਲਈ ਰਜ਼ਾਮੰਦ ਹੋ ਜਾਏਗਾ ਹੌਪਕਿੰਸਨ ਨੇ ਕਿਹਾ ਕਿ ਮੁਸਾਫਰਾਂ ਦੇ ਉਤਾਰੇ ਲਈ ਕੇਵਲ ਇਹ ਰਾਈ ਬਚਦਾ ਹੈ ਗੁਰਦੇਵ ਸਿੰਘ ਵੀ ਆਪਣੇ ਮੁਸਾਫਰਾਂ ਨੂੰ ਦੁੱਖਾਂ ਤੋਂ ਮੁਕਤ ਕਰਨ ਲਈ ਉਹਦੀ ਤਜ਼ਵੀਜ਼ ਨਾਲ ਸਹਿਮਤ ਹੋ ਗਿਆ। ਫੈਸਲੇ ਅਨੁਸਾਰ ਉਹਨੇ ਹੌਪਕਿੰਸਨ ਨੂੰ 1000 ਪੌਂਡ ਸੋਨੇ ਦੇ ਪੇਸ਼ਕੀ ਦੇਣੇ ਸੀ ਤੇ ਬਕਾਇਆ 1000 ਪੌਂਡ ਮੁਸਾਫਰਾਂ ਦੇ ਉਤਾਰੇ ਜਾਣ ਤੋਂ ਬਾਅਦ ਦੇਣੇ ਸੀ। ਪਰ ਬਦਕਿਸਮਤੀ ਨਾਲ ਇਹ ਸਮਝੌਤਾ ਸਿਰੇ ਨਾ ਚੜ੍ਹ ਸਕਿਆ ਕਿਉਂਕਿ ਮਿਸਟਰ ਹੌਪਕਿੰਸਨ ਚਾਹੁੰਦਾ ਸੀ ਕਿ ਗੁਰਦੇਵ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਸੁਗੰਧ ਖਾਏ ਕੇ ਉਸ ਵੱਲੋਂ ਰਿਸ਼ਵਤ ਲੈ ਜਾਣ ਦੀ ਗੱਲ ਗੁਰਦਿੱਤ ਸਿੰਘ ਕਿਸੇ ਨਾਲ ਵੀ ਸਾਂਝੀ ਨਹੀਂ ਕਰੇਗਾ। ਗੁਰਦਿੱਤ ਸਿੰਘ ਨੇ ਉਹਨੂੰ ਕਿਹਾ ਕਿ ਉਸ ਲਈ ਗੁਰੂ ਦੀ ਸੌਂ ਖਾ ਕੇ ਸਬੰਧਤ ਵਚਨ ਕਰਨਾ ਸੰਭਵ ਨਹੀਂ ਕਿਉਂਕਿ 2000 ਪੌਂਡ ਉਹਨੇ ਆਪਣੀ ਜੇਬ ਚੋਂ ਨਹੀਂ ਸਗੋਂ ਸ੍ਰੀ ਗੁਰੂ ਗ੍ਰੰਥ ਨਾਨਕ ਸਟੇਮ ਨੈਵੀਗੇਸ਼ਨ ਕੰਪਨੀ ਦੀ ਰੱਖਵੀਂ ਰਾਸ਼ੀ ਵਿੱਚੋਂ ਦੇਣੇ ਹਨ। ਇਸ ਲਈ ਉਹ ਆਪਣੇ ਭਾਈਚਾਰੇ ਕੋਲੋਂ ਇਸ ਭੇਤ ਨੂੰ ਗੁਪਤ ਨਹੀਂ ਰੱਖ ਸਕਦਾ। ਇਸ ਤੇ ਹੌਪਕੈਂਸਨ ਉਸ ਨਾਲ ਖਫਾ ਹੋ ਗਿਆ ਤੇ ਧਮਕੀ ਦੇ ਕੇ ਚਲਾ ਗਿਆ ਕਿ ਮੈਂ ਤੈਨੂੰ ਵੇਖ ਲਵਾਂਗਾ ਗੁਰਦਿੱਤ ਸਿੰਘ ਨੇ ਹੌਪਕੈਂਸਨ ਵੱਲੋਂ ਮੰਗੀ ਰਿਸ਼ਵਤ ਬਾਰੇ ਆਪਣੇ ਸਾਥੀਆਂ ਨੂੰ ਵੀ ਸੂਚਿਤ ਕਰ ਦਿੱਤਾ ਤਾਂ ਕਿ ਕੋਈ ਗਲਤ ਫਹਿਮੀ ਨਾ ਪਣੀ ਰਹੇ ਇਹਦੀ ਜ਼ਰੂਰਤ اخਲਾਕੀ ਪੱਖੋਂ ਤਾਂ ਸੀ ਹੀ ਸਗੋਂ ਵਿਹਾਰਕ ਪੱਖੋਂ ਵੀ ਸੀ ਕਿਉਂਕਿ ਹੌਪਕੈਂਸਨ ਮੁਸਾਫਰਾਂ ਤੇ ਗੁਰਦਿੱਤ ਸਿੰਘ ਨੂੰ ਆਪਸ ਚ ਪਾੜ ਕੇ ਉਹਨਾਂ ਨੂੰ ਗੁਰਦਿੱਤ ਸਿੰਘ ਦੇ ਵਿਰੋਧ ਵਿੱਚ ਖੜੇ ਕਰਨ ਦੇ ਯਤਨ ਚ ਸੀ ਗੁਰਦੇਵ ਸਿੰਘ ਨੇ ਆਪਣੇ ਸਾਥੀਆਂ ਨੂੰ ਦੱਸਿਆ ਕਿ ਉਹ ਤਾਂ ਮੁਸਾਫਰਾਂ ਦੇ ਭਲੇ ਲਈ ਹੌਪਕਿੰਸਨ ਨੂੰ ਰਿਸ਼ਵਤ ਦੇਣਾ ਵੀ ਮੰਨ ਗਿਆ ਸੀ ਪਰ ਗੁਰੂ ਗ੍ਰੰਥ ਸਾਹਿਬ ਦੀ ਸੌਂ ਖਾ ਕੇ ਆਪਣੇ ਲੋਕਾਂ ਤੋਂ ਲੁਕਾਂ ਰੱਖਣ ਦੀ ਕਸੂਤੀ ਸ਼ਰਤ ਮੰਨਣੀ ਉਹਦੇ ਲਈ ਸੰਭਵ ਨਹੀਂ ਸੀ ਇਸ ਗੱਲ ਦਾ ਪਤਾ ਲੱਗਣ ਤੇ ਉਹਦੇ ਸਾਥੀਆਂ ਨੇ ਵੀ ਹੌਪਕਿੰਸਨ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵਿਟਰ ਗਿਆ ਕਹਿਣ ਲੱਗਾ ਇਸ ਸਮਝੌਤੇ ਦੇ ਗੁਪਤ ਰੱਖਣ ਦੀ ਪਹਿਲੀ ਸ਼ਰਤ ਹੀ ਭੰਗ ਹੋ ਗਈ ਹੈ ਤੇ ਗੱਲ ਖੁੱਲ ਗਈ ਹੈ ਤੇ ਜੇ ਉਹ ਹੁਣ ਪੈਸੇ ਸਵੀਕਾਰ ਕਰਦਾ ਤੇ ਐਨ ਸੰਭਵ ਹੈ ਕਿ ਵੈਨਕੂਵਰਜ ਕਾਮਾਗਾਟਾ ਮਾਰੂ ਦੀ ਸਹਿਤਾ ਲਈ ਬਣੀ ਕਮੇਟੀ ਨੂੰ ਇਸ ਗੱਲ ਦੀ ਪਿੰਕ ਪੈ ਜਾਏ ਇਸ ਤਰ੍ਹਾਂ ਉਹ ਖੁਦ ਤੇ ਇਮੀਗ੍ਰੇਸ਼ਨ ਵਿਭਾਗ ਦੋਵੇਂ ਰਿਸ਼ਵਤ ਲੈਣ ਦੇ ਦੋਸ਼ੀ ਠਹਿਰਾ ਦਿੱਤੇ ਜਾਣਗੇ ਇਸ ਸਮਝੌਤੇ ਦੇ ਟੁੱਟਣ ਦਾ ਇਹ ਲਾਭ ਤਾਂ ਜ਼ਰੂਰ ਹੋਇਆ ਕਿ ਮੁਸਾਫਰਾਂ ਤੇ ਗੁਰਦੇਤ ਸਿੰਘ ਵਿਚਕਾਰ ਪਾੜਾ ਪਾਉਣ ਦਾ ਯਤਨ ਕਾਮ ਨਾਕਾਮਯਾਬ ਹੋ ਗਿਆ ਪਰ ਨਾਲ ਹੀ ਇਹ ਗੱਲ ਸਾਫ ਵੀ ਹੋ ਗਈ ਕਿ ਹੁਣ ਮੁਸਾਫਰਾਂ ਦੇ ਉਤਾਰੇ ਦੀ ਉਮੀਦ ਦੀ ਆਖਰੀ ਕਿਰਨ ਵੀ 부ਝ ਗਈ ਹੈ ਹੁਣ ਮੁਸਾਫਰ ਕਿਸੇ ਜ਼ਾਲਮ ਸ਼ਿਕਾਰੀ ਦੇ ਜਾਲ ਚ ਫਸੇ ਮਾਸੂਮ ਪੰਖਦਿਆਂ ਵਾਂਗ ਕੈਦੀ ਹੋ ਕੇ ਰਹਿ ਗਏ ਸਨ ਪਰ ਉਹਨਾਂ ਨੂੰ ਇੱਕ ਸਹੂਲਤ ਦੇ ਦਿੱਤੀ ਗਈ ਕਿ ਉਹ ਮਹਿਕਮੇ ਦੇ ਸਬੰਧਤ ਅਫਸਰਾਂ ਨੂੰ ਚਿੱਠੀ ਪੱਤਰ ਲਿਖ ਕੇ ਆਪਣਾ ਪੱਖ ਪੇਸ਼ ਕਰ ਸਕਦੇ ਹੈ ਉਹਨਾਂ ਦੇ ਉਤਾਰੇ ਤੇ ਪਾਬੰਦੀ ਲਾਉਣ ਦਾ ਇਹ ਕਾਰਨ ਦੱਸਿਆ ਗਿਆ ਕਿ ਇਹ ਮੁਸਾਫਰ ਕੈਨੇਡਾ ਦੀ ਬ੍ਰਿਟਿਸ਼ ਹਕੂਮਤ ਵੱਲੋਂ ਨਿਰਧਾਰਤ ਨਿਯਮ ਕਾਨੂੰਨਾਂ ਤੇ ਨਿਸ਼ਚਿਤ ਸ਼ਰਤਾਂ ਦੀ ਉਲੰਘਣਾ ਕਰਕੇ ਇੱਥੇ ਪੁੱਜੇ ਹਨ ਇਸ ਲਈ ਉਹਨਾਂ ਨੂੰ ਕੈਨੇਡਾ ਦੇ ਘਾਟ ਤੇ ਉਤਰ ਉਤਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਪਰ ਧਿਆਨ ਨਾਲ ਵੇਖਿਆ ਜਾਏ ਤਾਂ ਖੁਦ ਇਮੀਗ੍ਰੇਸ਼ਨ ਅਧਿਕਾਰੀ ਨਿਰਧਾਰਤ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਸਨ ਕਾਨੂੰਨ ਅਨੁਸਾਰ 200 ਡਾਲਰਾਂ ਸਮੇਤ ਆਪਣੇ ਮੁਲਕ ਤੋਂ ਸਿੱਧਾ ਸਫ਼ਰ ਕਰਕੇ ਕੈਨੇਡਾ ਪਹੁੰਚਣ ਵਾਲੇ ਮੁਸਾਫਰ ਨੂੰ ਘਾਟ ਤੇ ਉਤਰਨ ਦੀ ਆਗਿਆ ਸੀ ਇਸ ਕਾਨੂੰਨ ਦੇ ਵਿੱਚ ਪ੍ਰਚਾਰਕਾਂ ਵਪਾਰੀਆਂ ਯਾਤਰੀਆਂ ਵਿਦਿਆਰਥੀਆਂ ਤੇ ਸਰਕਾਰੀ ਅਧਿਕਾਰੀਆਂ ਨੂੰ ਉਪਰੋਕਤ ਸ਼ਰਤਾਂ ਤੋਂ ਛੋਟ ਦਿੱਤੀ ਹੋਈ ਸੀ। ਜ਼ਾਹਿਰ ਹੈ ਕਿ ਜਹਾਜ਼ ਦੇ ਉੱਪਰ ਵਰਨਿਤ ਸ਼੍ਰੇਣੀਆਂ ਚਾਉਣ ਵਾਲੇ ਮੁਸਾਫਰ ਤਾਂ ਕੈਨੇਡਾ ਦੇ ਮਾਨਤਾ ਪ੍ਰਾਪਤ ਕਾਨੂੰਨ ਅਨੁਸਾਰ ਵੀ ਘਾਟੇ ਉਤਰ ਸਕਦੇ ਸਨ। ਗੁਰਦੇਵ ਸਿੰਘ ਦਾ ਦਾਵਾ ਸੀ ਕਿ ਮੁਸਾਫਰਾਂ 'ਚ ਘੱਟੋ-ਘੱਟ ਪੰਜਾਬ ਮੁਸਾਫਰ ਰਜਾਈ ਸਨ ਜਿਹੜੇ ਪ੍ਰਚਾਰਕਾਂ ਮੌਲਵੀ ਤੇ ਗ੍ਰੰਥੀ ਆਦ ਤੇ ਵਿਦਿਆਰਥੀਆਂ ਤੇ ਵਪਾਰੀਆਂ ਦੀ ਸ਼੍ਰੇਣੀ ਚਾਉਂਦੇ ਹੀ ਸਨ ਗੁਰਦਿੱਤ ਸਿੰਘ ਬਜ਼ਾਦ ਤੇ ਖੁਦ ਜਹਾਜ਼ੀ ਵਪਾਰੀ ਸੀ ਤੇ ਚਾਰਟਰ ਦੇ ਨਿਯਮ ਅਨੁਸਾਰ ਜਹਾਜ਼ ਤੋਂ ਘਾਟ ਉੱਤੇ ਸਵਾਰੀਆਂ ਦੇ ਸਮਾਨ ਉਤਾਰਨ ਤੇ ਮੋੜ ਚੜਾਉਂਦਾ ਹੱਕ ਰੱਖਦਾ ਸੀ ਇਸ ਲਈ ਉਹ ਘਾਟ ਤੇ ਉਤਰਨ ਦਾ ਨਿਸ਼ਚਿਤ ਰੂਪ ਚ ਅਧਿਕਾਰੀ ਸੀ ਤੇ ਕੈਨੇਡੀਅਨ ਹਕੂਮਤ ਕਾਨੂੰਨ ਮੁਤਾਬਕ ਉਹਨੂੰ ਰੋਕ ਨਹੀਂ ਸੀ ਸਕਦੀ ਪਰ ਉਹਨੂੰ ਵੀ 2 ਮਹੀਨੇ ਤੱਕ ਵੈਨਕੂਵਰ ਦੇ ਸਮੁੰਦਰੀ ਪਾਣੀਆਂ ਚ ਕੈਦੀ ਬਣਾਈ ਰੱਖਿਆ ਤੇ ਲਗਭਗ 80 ਲੱਖ ਰੁਪਈਆ ਦਾ ਘਾਟਾ ਸਹਿਣ ਲਈ ਮਜਬੂਰ ਕਰ ਦਿੱਤਾ ਦੂਜੇ ਪਾਸੇ ਗੁਰਦੇਵਤ ਸਿੰਘ ਦਾ ਇਤਰਾਜ਼ ਦਰਸ درست ਸੀ ਕਿ ਜੇ ਉਹਦਾ ਕੋਈ ਕਸੂਰ ਵੀ ਸੀ ਤਾਂ ਚਾਹੀਦਾ ਸੀ ਕਿ ਕੈਨੇਡਾ ਦੀ ਹਕੂਮਤ ਉਸ ਉੱਤੇ ਕਾਨੂੰਨ ਦੇ ਖਿਲਾਫ ਵਰਜੀ ਕਰਨ ਦਾ ਦੋਸ਼ ਲਾ ਕੇ ਉਹਦੇ ਤੇ ਮੁਕੱਦਮਾ ਚ ਲਾਉਂਦੀ ਉਹਨੂੰ ਸਜ਼ਾ ਦੇ ਦਿੰਦੀ ਪਰ ਜਿਆ ਕੀਤਾ ਨਹੀਂ ਸੀ ਜਾ ਸਕਦਾ ਕਿਉਂਕਿ ਉਹਨੇ ਕੋਈ ਕਾਨੂੰਨ ਨਹੀਂ ਸੀ ਤੋੜਿਆ ਗੁਰਦੇਵਤ ਸਿੰਘ ਦਾ ਕਸੂਰ ਕੇਵਲ ਇਹ ਨਾ ਸੀ ਕਿ ਉਹ ਹੌਪਕਿੰਸਨ ਦੇ ਲਾਲਚ ਦੀ ਪੂਰਤੀ ਨਹੀਂ ਸੀ ਕਰ ਸਕਿਆ ਤੇ ਹੁਣ ਹੌਪਕਿੰਸਨ ਸੋਚਦਾ ਸੀ ਵੀ ਉਹਦੀ ਡਿਊਟੀ ਹੈ ਕਿ ਉਹਨੂੰ ਦਿੱਤੀ ਧਮਕੀ ਸੱਚ ਕਰਕੇ ਵਿਖਾਵੇ ਇਹ ਠੀਕ ਹੈ ਕਿ ਹੌਪਕਿੰਸਨ ਦਾ ਵੀ ਇਸ ਸਮੁੱਚੇ ਅਮਲ ਚ ਬਹੁਤ ਹੀ ਕਨਾਉਣਾ ਰੋਲ ਸੀ ਪਰ ਇਸ ਪਿੱਛੇ ਬ੍ਰਿਟਿਸ਼ ਕੋਲੰਬੀਆ ਤੇ ਕੈਨੇਡਾ ਦੀ ਹਕੂਮਤ ਦੀ ਨੀਤੀ ਤੇ ਮੈਂਬਰ ਪਾਰਲੀਮੈਂਟ ਐਚ ਸਟੀਵਨਸਨ ਵਰਗੇ ਵੱਲੋਂ ਕੀਤੇ ਨਫਰਤ ਪ੍ਰਚਾਰ ਦਾ ਭਰਮਾ ਯੋਗਦਾਨ ਸੀ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਮੈਕਬਰਾਇਡ ਨੇ ਐਲਾਨੀਆਂ ਤੌਰ ਤੇ ਕਿਹਾ ਸੀ ਕਿ ਜਹਾਜ਼ ਨੂੰ ਘਾਟ ਤੇ ਲੱਗਣ ਦੀ ਆਗਿਆ ਨਹੀਂ ਦਿੱਤੀ ਜਾਏਗੀ ਕਾਮਾਗਾਟਾ ਮਾਰੂ ਦੇ ਹਵਾਲੇ ਚ ਕੈਨੇਡੀਅਨ ਮੀਡੀਆ ਚ ਹਿੰਦਿਆਂ ਬਾਰੇ ਅਤ ਦਾ ਜ਼ਹਿਰੀਲਾ ਪ੍ਰਚਾਰ ਕੀਤਾ ਜਾ ਰਿਹਾ ਸੀ 18 ਅਪ੍ਰੈਲ ਦੇ ਡੇਲੀ ਪ੍ਰੋਵਿੰਸ ਅਖਬਾਰ ਦੇ ਸੰਪਾਦਕੀ ਵਿੱਚ ਇਸ ਪ੍ਰਕਾਰ ਜ਼ਹਿਰ ਉਗਲਿਆ ਗਿਆ ਬ੍ਰਿਟਿਸ਼ ਕੋਲੰਬੀਆ ਨੇ ਬੜਾ ਸਾਫ ਸਪਸ਼ਟ ਕਰ ਦਿੱਤਾ ਇਹ ਇੰਨੀ ਵੱਡੀ ਗਿਣਤੀ 'ਚ ਇਹਨਾ ਪੂਰਬੀ ਕੁਲੀਆਂ ਦੀ ਆਮਦ ਨੂੰ ਕਦਾਚਿਤ ਬਰਦਾਸ਼ਤ ਨਹੀਂ ਕੀਤਾ ਜਾਏਗਾ ਇਹਨਾਂ ਨੂੰ ਮੂਲੋਂ ਹੀ ਦੇਸ਼ ਨਿਕਾਲਾ ਦੇਣ ਦੀ ਮੰਗ ਵੱਲ ਤੁਰੰਤ ਤੇ ਲੋੜਿੰਦਾ ਧਿਆਨ ਦੇਣ ਦੀ ਜ਼ਰੂਰਤ ਹੈ ਇਸ ਸੂਬੇ ਦੇ ਘਰੇਲੂ ਹਿੱਤ ਸਰਵਪ੍ਰਥਮ ਹਨ ਇਸ ਮੁਲਕ ਨੂੰ ਨਿਰੋਲ ਚਿੱਟੀ ਚਮੜੀ ਵਾਲਿਆਂ ਲਈ ਸੁਰੱਖਿਅਤ ਰੱਖਣ ਤੇ ਸਾਡੇ ਮਨਸੂਬੇ ਵਿੱਚ ਸ਼ਾਹੀ ਹਕੂਮਤ ਨੂੰ ਕਿਸੇ ਪ੍ਰਕਾਰ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਕੈਨੇਡਾ ਨੂੰ ਚਿੱਟੀ ਚਮੜੀ ਵਾਲਿਆਂ ਦਾ ਦੇਸ਼ ਬਣਾਈ ਰੱਖਣ ਦੀ ਐਚ ਸਟੀਵਨਸਨ ਵਰਗੇ ਚਾਹਵਾਨਾਂ ਨੂੰ ਪੂਰਾ ਖਤਸ਼ਾ ਸੀ ਕਿ ਜੇ ਨਾ ਮੁਸਾਫਰਾਂ ਨੂੰ ਉਤਾਰ ਕੇ ਡਿਟੈਂਸ਼ਨ ਸ਼ੈੱਡਾਂ ਵਿੱਚ ਵੀ ਰੱਖਿਆ ਗਿਆ ਤਾਂ ਇਹਨੂੰ ਆਧਾਰ ਬਣਾ ਕੇ ਉਹ ਕੈਨੇਡਾ 'ਚ ਦਾਖਲ ਹੋ ਚੁੱਕੇ ਹਨ ਹੈਬੀਅਸ ਕੋਰਪਸ ਐਕਟ ਦੀ ਮਦਦ ਨਾਲ ਦਾਵਾ ਪੇਸ਼ ਕਰਤ ਕਰ ਸਕਦੇ ਹਨ ਕਿ ਉਹਨਾਂ ਨੂੰ ਕਾਨੂੰਨਨ ਨਾ ਤਾਂ ਡੀਟੈਂਸ਼ਨ ਸ਼ੈੱਡ 'ਚ ਰੱਖਿਆ ਜਾ ਸਕਦਾ ਤੇ ਨਾ ਹੀ ਡਿਪੋਰਟ ਕੀਤਾ ਜਾ ਸਕਦਾ। ਸੋ ਇਮੀਗ੍ਰੇਸ਼ਨ ਅਫਸਰ ਮਿਸਟਰ ਰੀਡ ਤੇ ਹੌਪਕੈਂਸਨ ਤਾਂ ਇਸ ਮੁੱਚੇ ਮਾਹੌਲ ਤੋਂ ਉਤੇਜਿਤ ਤੇ ਪ੍ਰਭਾਵਿਤ ਹੋਏ। ਐਚ ਸਟੀਵਨਸਨ ਨਾਲ ਆਪਸੀ ਮਿਲੀ ਭੁਗਤ ਅਨੁਸਾਰ ਇਸ ਕਾਨੂੰਨੀ ਕਾਰਵਾਈ ਨੂੰ ਸਾਰ ਅੰਜਾਮ ਦੇਣ 'ਚ ਜੁਟੇ ਹੋਏ ਸਨ। ਅਸੀਂ ਜਾਣਦੇ ਹਾਂ ਕਿ ਜਹਾਜ਼ ਠੇਕੇ ਤੇ ਕੀਤਾ ਗਿਆ ਸੀ ਉਹਨੂੰ ਹਾਂਗਕਾਂਗ ਵਿਚਲੇ ਮਾਲਕਾਂ ਨੂੰ ਨਿਸ਼ਚਿਤ ਸਮੇਂ ਤੇ ਵਾਪਸ ਕਰਨਾ ਪੈਣਾ ਸੀ। ਠੇਕੇ ਦਾ ਬਕਾਇਆ ਅਦਾ ਕਰਨ ਦੀ ਤਰੀਕ ਵੀ ਨੇੜੇ ਆ ਰਹੀ ਸੀ ਪਰ ਮੈਲਕਮ ਰੀਡ ਦੀ ਅਗਵਾਈ ਚ ਪੁੱਛ ਪੜਤਾਲ ਵਾਸਤੇ ਬਣੀ ਕਮੇਟੀ ਪੜਤਾਲ ਨੂੰ ਲੰਮਕਾਈ ਜਾ ਰਹੀ ਸੀ ਰੀਡ ਤੇ ਹੌਪਕਿੰਸਨ ਜਾਣਦੇ ਸਨ ਕਿ 4 ਜੂਨ 1914 ਤੋਂ ਪਹਿਲਾਂ ਜਹਾਜ਼ ਦੀ 22000 ਡਾਲਰ ਦੀ ਕਿਸ਼ਤ ਅਦਾ ਕਰਨੀ ਲਾਜ਼ਮੀ ਹੈ ਇਹ ਕਿਸ਼ਤ ਗੁਰਦਿਤ ਸਿੰਘ ਨੇ ਦੇਣੀ ਸੀ ਪਰ ਜਹਾਜ਼ ਤੋਂ ਉਤਰ ਕੇ ਘਾਟ ਉੱਤੇ ਜਾਣ ਤੋਂ ਬਿਨਾਂ ਇਹ ਕਾਰਜ ਸਿਰੇ ਨਹੀਂ ਚੜ੍ਹ ਸਕਦਾ ਕਿਛ ਤਦਾ ਨਾ ਕੀਤੇ ਜਾਣ ਦੀ ਸੂਰਤ ਵਿੱਚ ਜਹਾਜ਼ ਦਾ ਮਾਲਕ ਕੀਤੇ ਸਮਝੌਤੇ ਅਨੁਸਾਰ ਪਹਿਲਾਂ ਅਦਾ ਕੀਤੀ ਰਕਮ ਵੀ ਜ਼ਬਤ ਕਰ ਸਕਦਾ ਸੀ ਤੇ ਜਹਾਜ਼ ਤੇ ਕਬਜ਼ਾ ਕਰਕੇ ਜਿੱਥੇ ਚਾਹੇ ਲਿਜਾਣ ਦਾ ਹੁਕਮ ਕਰ ਸਕਦਾ ਸੀ ਅਜਿਹਾ ਵਾਪਰ ਜਾਣ ਦੀ ਸੂਰਤ ਵਿੱਚ ਕੈਨੇਡਾ ਦੀ ਹਕੂਮਤ ਸੰਸਾਰ ਅੱਗੇ ਇਹ ਝੂਠ ਪਰੋਸਣ ਚ ਕਾਮਯਾਬ ਹੋ ਸਕਦੀ ਸੀ ਕਿ ਮੁਸਾਫਰਾਂ ਦੇ ਕੈਨੇਡਾ ਚ ਉਤਾਰੇ ਚ ਰੁਕਾਵਟ ਦਾ ਮੁੱਖ ਕਾਰਨ ਤਾਂ ਜਹਾਜ਼ ਦੇ ਠੇਕੇਦਾਰ ਵੱਲੋਂ ਜਹਾਜ਼ ਦੇ ਮਾਲਕ ਦੀ ਬਣਦੀ ਦੇਣਦਾਰੀ ਅਦਾ ਨਾ ਕੀਤੀ ਜਾਣਾ ਹੈ ਇਸ ਵਿੱਚ ਕੈਨੇਡਾ ਸਰਕਾਰ ਦਾ ਕੋਈ ਦੋਸ਼ ਨਹੀਂ ਧੰਨਵਾਦ ਚਲਦਾ